ਹੁਸ਼ਿਆਰਪੁਰ ਤੋਂ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਬਰਿੰਦਰ ਸਿੰਘ ਪਰਹਾਰ ਨੂੰ ਉਸ ਸਮੇਂ ਹੋਰ ਮਜ਼ਬੂਤੀ ਮਿਲੀ ਜਦੋਂ ਕਾਂਗਰਸ ਛੱਡ ਕੇ ਸੀਨੀਅਰ ਵਕੀਲ ਐਡਵੋਕੇਟ ਧਰਮਿੰਦਰ ਦਾਦਰਾ ਅਤੇ ਕਾਂਗਰਸ ਦੇ ਸਾਬਕਾ ਕੌਂਸਲਰ ਧਿਆਨ ਚੰਦ ਧਿਆਨਾ ਨੇ ਬਸਪਾ ਦਾ ਪੱਲਾ ਫੜ ਲਿਆ। ਪਾਰਟੀ 'ਚ ਸ਼ਾਮਲ ਹੋਣ ਤੇ ਬਰਿੰਦਰ ਸਿੰਘ ਪਰਹਾਰ ਵੱਲੋਂ ਦੋਵਾਂ ਆਗੂਆਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਤੇ ਐਡਵੋਕੇਟ ਧਰਮਿੰਦਰ ਦਾਦਰਾ ਨੂੰ ਪਾਰਟੀ ਦਾ ਸੂਬਾ ਜਨਰਲ ਸਕੱਤਰ ਨਿਯੁਕਤ ਕੀਤਾ। ਗੱਲਬਾਤ ਦੌਰਾਨ ਬਰਿੰਦਰ ਸਿੰਘ ਪਰਹਾਰ ਨੇ ਕਿਹਾ ਕਿ ਅੱਜ ਕਾਂਗਰਸ ਦੀਆਂ ਨੀਤੀਆਂ ਤੋਂ ਜਿੱਥੇ ਸੂਬਾ ਵਾਸੀ ਬੇਹੱਦ ਪਰੇਸ਼ਾਨ ਸਨ ਉੱਥੇ ਹੀ ਹੁਣ ਕਾਂਗਰਸੀ ਆਗੂ ਵੀ ਕਾਂਗਰਸ ਸਰਕਾਰ ਦੀਆਂ ਲੁਕਮਾਰੂ ਨੀਤੀਆਂ ਤੋਂ ਡਾਢੇ ਦੁਖੀ ਹੋ ਚੁੱਕੇ ਨੇ ਤੇ ਆਉਣ ਵਾਲੇ ਸਮੇਂ 'ਚ ਹੋਰ ਵੀ ਬਹੁਤ ਸਾਰੇ ਕਾਂਗਰਸੀ ਆਗੂ ਬਸਪਾ ਅਤੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਣਗੇ। ਉਹਨਾਂ ਕਿਹਾ ਕਿ ਇਹਨਾਂ ਦੋਵਾਂ ਆਗੂਆਂ ਦੀ ਆਮਦ ਨਾਲ ਪਾਰਟੀ ਨੂੰ ਕਾਫੀ ਬਲ ਮਿਲਿਆ ਹੈ। ਹੁਸ਼ਿਆਰਪੁਰ ਨਿਊਜ਼ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ। ਅੱਜ ਅਸੀਂ ਬਹੁਜਨ ਸਮਾਜ ਪਾਰਟੀ ਦੇ ਵਿੱਚ ਸ਼ਹਿਰ ਦੇ ਅਤੇ ਇਸ ਹਲਕੇ ਦੇ ਕੁਛ ਨਾਮਵਾਰ ਨੇਤਾ ਸਾਡੇ ਜਿਹੜੇ ਆ ਉਹ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਖਾਸ ਕਰ ਕਾਂਗਰਸ ਪਾਰਟੀ ਨੂੰ ਛੱਡ ਕੇ ਸਾਡੀ ਪਾਰਟੀ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਅਤੇ ਅਸੀਂ ਉਹਨਾਂ ਦਾ ਬੇਹੱਦ ਸਵਾਗਤ ਕਰਦੇ ਹਾਂ। ਧਰਮਿੰਦਰ ਦਾਦਰਾ ਜੀ ਐਡਵੋਕੇਟ ਸੀਨੀਅਰ ਐਡਵੋਕੇਟ ਹਨ ਹੁਸ਼ਿਆਰਪੁਰ ਦੇ ਲੰਬੇ ਸਮੇਂ ਤੋਂ ਅਤੇ ਇਹ ਕਾਂਗਰਸ ਪਾਰਟੀ ਛੱਡ ਕੇ ਬਹੁਜਨ ਸਮਾਜ ਪਾਰਟੀ ਦੇ ਵਿੱਚ ਆਏ ਆ ਅਤੇ ਇਹਨਾਂ ਨੂੰ ਸੂਬਾ ਸਕੱਤਰ ਸਟੇਟ ਸੈਕਟਰੀ ਲਗਾਇਆ ਗਿਆ ਬੈਨੀਪਾਲ ਜੀ ਪ੍ਰਭਾਰੀ ਜੀ ਵੱਲੋਂ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਕਈ ਵਾਰ ਐਮ ਸੀ ਰਹਿ ਚੁੱਕੇ ਧਿਆਨ ਚੰਦ ਧਿਆਨਾ ਜੀ ਜਿਹਨੂੰ ਪਿਆਰ ਨਾਲ ਸਾਰੇ ਸ਼ਹਿਰ ਵਾਸੀ ਧਿਆਨਾ ਜੀ ਕਹਿੰਦੇ ਆ ਅਤੇ ਕਿੰਨੀ ਵਾਰ ਹਰ ਦੁੱਖ ਸੁੱਖ ਦੇ ਵਿੱਚ ਕੰਮ ਆਉਣ ਵਾਲੇ ਸ਼ਹਿਰ ਦੇ ਲੋਕਾਂ ਦੇ ਫੇਮਸ ਪਰਸਨੈਲਿਟੀ ਹੁਸ਼ਿਆਰਪੁਰ ਸ਼ਹਿਰ ਦੀ ਅਤੇ ਇਹਨਾਂ ਦਾ ਵੀ ਅਸੀਂ ਬਹੁਤ ਸਵਾਗਤ ਕਰਦੇ ਹਾਂ। ਦੇਖੋ ਉਹਨਾਂ ਦੀਆਂ ਨੀਤੀਆਂ ਤੋਂ ਲੋਕ ਬਹੁਤ ਦੁਖੀ ਹੈਗੇ ਆ, ਕਾਂਗਰਸ ਦੀਆਂ ਨੀਤੀਆਂ ਖਾਸ ਕਰਕੇ। ਹੁਣ ਉਹ ਕੀ ਕਹਿ ਰਹੇ ਕਿ ਹੁਣ ਅਸੀਂ ਅੱਗੇ ਵਿਕਾਸ ਕਰਾਵਾਂਗੇ, ਪਹਿਲਾਂ ਤਾਂ ਕਰ ਨਹੀਂ ਸਕੇ, ਹੁਣ ਕਾਂਗਰਸ ਪਾਰਟੀ ਕਿਸ ਮੂੰਹ ਨਾਲ ਵੋਟ ਮੰਗੂਗੀ ਕਿ ਅਸੀਂ ਅੱਗੇ ਤੋਂ ਲੋਕਾਂ ਨੂੰ ਨਹੀਂ ਕੁੱਟਾਂਗੇ, ਤੁਸੀਂ ਪਹਿਲਾਂ ਹੀ ਕੁੱਟਣਾ ਬੰਦ ਕਰ ਦਿੰਦੇ, ਅਤੇ ਇਹ ਹੁਣ ਇਹ ਕਿਸ ਮੂੰਹ ਨਾਲ ਵੋਟਾਂ ਮੰਗੂਗੇ, ਅਸੀਂ ਜਨਤਾ ਦੀ ਲੁੱਟ ਘਸੁੱਟ ਨਹੀਂ ਕਰਾਂਗੇ, ਅਸੀਂ ਕਰਪਸ਼ਨ ਨਹੀਂ ਕਰਾਂਗੇ। ਕਿੰਨੇ ਕਰਪਟ ਨੇਤਾ ਹਨ ਜਿਨ੍ਹਾਂ ਨੂੰ ਦੁਬਾਰਾ ਟਿਕਟਾਂ ਦੇ ਕੇ ਉਹ ਚੋਣਾਂ ਦੇ ਮੈਦਾਨ ਵਿੱਚ ਉਤਾਰਿਆ ਗਿਆ। ਇੱਥੋਂ ਦੇ ਐਮ ਐਲ ਏ ਆ ਜਿਹੜੇ ਉਹ ਵੀ ਮੰਤਰੀ ਮੰਡਲ 'ਚੋਂ ਕੱਢ ਦਿੱਤੇ ਗਏ ਸੀ ਅਰੋੜਾ ਸਾਹਿਬ, ਉਹਨਾਂ ਨੂੰ ਫਿਰ ਚੋਣ ਦੇ ਉਹਨਾਂ ਨੇ ਟਿਕਟ ਦੇ ਕੇ ਹਾਈ ਕਮਾਂਡ ਨੇ ਫਿਰ ਚੋਣ ਮੈਦਾਨ 'ਚ ਉਤਾਰਿਆ। 300 ਕੁਛ ਕਰੋੜ ਦੇ ਘਟਾਲੇ ਦੇ ਕਾਰਨ ਉਹਨਾਂ ਨੂੰ ਮੰਤਰੀ ਮੰਡਲ 'ਚੋਂ ਲਾਇਆ ਗਿਆ ਸੀ ਅਤੇ ਹੁਣ ਉਹ ਵਾਪਸ ਫਿਰ ਮੈਦਾਨ ਦੇ ਵਿੱਚ ਆ ਗਏ। ਹੁਣ ਕਾਂਗਰਸ ਪਾਰਟੀ ਕਿਸ ਮੂੰਹ ਨਾਲ ਵੋਟ ਮੰਗੇਗੀ? ਹੁਣ ਧਿਆਨਾ ਜੀ ਉਹਨਾਂ ਨਾਲ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਸੀ, ਚਾਰੇ ਇੰਨਾ ਹੀ ਵਫ਼ਾਦਾਰ ਸੀ, ਉਸ ਦੇ ਬਾਵਜੂਦ ਵੀ ਧਿਆਨਾ ਜੀ 'ਤੇ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਅਸੀਂ ਤੁਹਾਡੇ 'ਤੇ ਪਰਚੇ ਕਰਾ ਲਾਂਗੇ, ਤੁਸੀਂ ਵਾਪਸ ਆ ਜਾਓ। ਚਾਹੇ ਹੁਣ ਚੋਣ ਜ਼ਾਬਤਾ ਲੱਗ ਵੀ ਚੁੱਕਾ ਹੈ ਅਤੇ ਉਸ ਦੇ ਬਾਵਜੂਦ ਵੀ ਪਰਚਿਆਂ ਦੀਆਂ ਧਮਕੀਆਂ, ਕੁਝ ਐਸ ਐਚ ਓ ਅਤੇ ਇੱਕ ਡੀ ਐਸ ਪੀ ਉਹ ਜਿਹੜੇ ਆ ਗਏ ਆ ਸਾਡੇ ਕੁਛ ਬੰਦਿਆਂ ਨੂੰ, ਵਰਕਰਸ ਨੂੰ ਉਹਨਾਂ ਨੇ ਉੱਥੇ ਸੱਦ ਕੇ ਥਾਣਿਆਂ ਦੇ ਆਪਣੇ ਦਫ਼ਤਰਾਂ ਦੇ ਵਿੱਚ ਬਿਠਾਲੀ ਰੱਖਿਆ ਕਾਫੀ ਸਮੇਂ ਤੋਂ, ਤਾਂ ਕਿ ਉਹਨਾਂ ਨੂੰ ਧਮਕਾ ਸਕਣ, ਉਹਨਾਂ ਨੂੰ ਡਰਾ ਸਕਣ ਕਿ ਤੁਸੀਂ ਦੁਬਾਰਾ ਕਾਂਗਰਸ ਪਾਰਟੀ ਦਾ ਅਰੋੜਾ ਸਾਹਿਬ ਦੀ ਹੈਲਪ ਕਰੋ। ਪਰ ਇਹ ਇੰਨੇ ਦਲੇਰ ਔਰ ਬਹਾਦਰ ਬੰਦੇ ਹਨ, ਇਹ ਡਰੇ ਹੀ ਨਹੀਂ ਇਹ, ਅਤੇ ਅਸੀਂ ਉਹਨਾਂ ਦੀ ਜਿਹੜੇ ਕੁਝ ਐਸ ਐਚ ਓ ਅਤੇ ਹੋਰ ਪੁਲਿਸ ਅਧਿਕਾਰੀ ਸੀ, ਅਸੀਂ ਇਲੈਕਸ਼ਨ ਕਮਿਸ਼ਨ ਕੋਲ ਉਹਨਾਂ ਦੀ ਕੱਲ੍ਹ ਸ਼ਿਕਾਇਤ ਵੀ ਕੀਤੀ ਆ ਕਿ ਇਹਨਾਂ ਨੂੰ ਇੱਥੋਂ ਕਿਤੇ ਹੋਰ ਭੇਜਿਆ ਜਾਵੇ ਅਤੇ ਤਾਂ ਕਿ ਇਹ ਇਲੈਕਸ਼ਨ ਪ੍ਰੋਸੈਸ ਜਿਹੜੀ ਫੇਅਰ ਪ੍ਰੋਸੈਸ ਹੈ ਉਹਨੂੰ ਇਨਫਲੂਐਂਸ ਨਾ ਕਰ ਸਕਣ। ਡੈਮੋਕ੍ਰੇਸੀ ਦੇ ਵਿੱਚ ਫੇਅਰ ਪ੍ਰੋਸੈਸ ਹੋਣੀ ਚਾਹੀਦੀ ਇਲੈਕਸ਼ਨ ਦੇ ਵਿੱਚ, ਇਹ ਥੋੜ੍ਹੀ ਕਿ ਦੂਜੇ ਜਿਹੜੀ ਪੁਲਿਸ ਅਤੇ ਹੋਰ ਅਫਸਰਾਂ ਨਾਲ ਅਫਸਰਸ਼ਾਹੀ ਹੈ ਜਿਹੜੀ ਉਹਨਾਂ ਨੂੰ ਇਨਫਲੂਐਂਸ ਕਰੇ ਵੋਟਰਾਂ ਨੂੰ, ਅਤੇ ਸਾਡੇ ਜਿਹੜੇ ਮੇਨ ਸਤਿਕਾਰਯੋਗ ਸਾਡੇ ਵਰਕਰ ਹਨ, ਸਾਡੇ ਲੀਡਰ ਹਨ, ਉਹਨਾਂ ਨੂੰ ਧਮਕਾਵੇ ਅਤੇ ਤਾਂ ਕਿ ਉਹ ਖੁੱਲ੍ਹ ਕੇ ਨਾ ਚੱਲ ਸਕਣ।